ਇਹ ਕੁਝ ਹੋਰ ਅਪਰੂਵਲਸ ਕੱਲ ਲੇਟ ਆਈਆਂ ਸੀਗੀਆਂ ਤੇ ਮੇਰੇ ਨੂੰ ਟਾਈਮ ਨਹੀਂ ਲੱਗਿਆ ਪਰ ਅਸੀਂ ਅੱਜ ਇਹ ਕੁਝ ਅਪਰੂਵਲ ਸ਼ੇਅਰ ਕਰ ਰਹੇ ਹਾਂ ਜਿਹੜੀ ਸਭ ਤੋਂ ਪਹਿਲੀ ਅਪਰੂਵਲ ਆ ਹੁਣ ਖੋਲਦੇ ਹਾਂ ਇਹਨਾਂ ਨਾਮ ਨਹੀਂ ਡਿਸਕਲੋਜ਼ ਕਰ ਸਕਦੇ ਬਟ ਇਸ ਸਟੂਡੈਂਟ ਦੀ ਸਟੋਰੀ ਜ਼ਰੂਰ ਡਿਸਕਲੋਜ਼ ਕਰ ਦਿੰਦੇ ਹਾਂ ਸੋ ਇਹ ਸਟੂਡੈਂਟ ਦਾ ਸਟੇਟਸ ਜਿਹੜਾ ਸਟੱਡੀ ਪਰਮਿਟ ਦਾ ਇਹ ਖਤਮ ਹੋ ਗਿਆ ਸੀਗਾ ਸ਼ੀ ਵਾਜ਼ਨਟ ਅ ਸਟੂਡੈਂਟ ਐਨੀ ਮੋਰ ਸਾਡੇ ਕੋਲੇ ਆਏ ਤੇ ਅਸੀਂ ਇਹਨਾਂ ਨੂੰ ਸਟੱਡੀ ਪਰਮਿਟ ਅਪਰੂਵਲ ਦਵਾਇਆ ਹੈਗਾ ਆ ਈਵਨ ਦੋ ਕਿ ਕੈਨੇਡਾ ਦੇ ਵਿੱਚ ਆ ਕੇ ਇਹਨਾਂ ਨੇ ਆਪਣੀ ਪੜ੍ਹਾਈ ਛੱਡਤੀ ਡੇਢ ਦੋ ਸਾਲ ਆਪਣੇ ਬਰਬਾਦ ਕੀਤੇ ਤੇ ਉਸ ਤੋਂ ਬਾਅਦ ਚੋਂ ਜਦੋਂ ਇਹਨਾਂ ਦਾ ਸਾਰਾ ਸਟੇਟਸ ਖਤਮ ਹੋ ਗਿਆ ਸੀਗਾ ਵੀ ਵਰ ਸਟਿਲ ਏਬਲ ਟੂ ਗੈਟ ਹਰ ਸਟੱਡੀ ਪਰਮਿਟ ਸੋ ਹੁਣ ਇਹਨਾਂ ਦਾ ਸਟੇਟਸ ਕੈਨੇਡਾ ਦੇ ਵਿੱਚ ਲੀਗਲ ਆ ਸੋ ਅਗਰ ਤੁਸੀਂ ਕੈਨੇਡਾ ਦੇ ਵਿੱਚ ਤੁਹਾਡਾ ਸਟੇਟਸ ਐਕਸਪਾਇਰ ਹੋ ਚੁੱਕਾ ਹੈ ਜਸਟ ਐਕਸਪਾਇਰ ਹੋਣ ਵਾਲਾ ਆ ਤੇ ਪਲੀਜ਼ ਆਪਣਾ ਸਟੇਟਸ ਖਰਾਬ ਨਾ ਹੋਣ ਦਵੋ ਕੈਨੇਡਾ ਦੇ ਵਿੱਚ ਲੀਗਲੀ ਰਹੋ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟਸ ਨੂੰ ਕੰਟੈਕਟ ਕਰੋ ਸਾਨੂੰ ਸਾਡੇ ਨਾਲ ਗੱਲਬਾਤ ਕਰੋ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਜਿਵੇਂ ਇਸ ਸਟੂਡੈਂਟ ਦੀ ਮਦਦ ਕੀਤੀ ਤੇ ਇਹਨਾਂ ਦਾ ਜਿਹੜਾ ਸਟੇਟਸ ਆ ਐਕਸਪਾਇਰ ਹੋਣ ਤੋਂ ਬਚਾਇਆ ਇਹਨਾਂ ਨੂੰ ਲੀਗਲ ਕੈਨੇਡਾ 'ਚ ਰੱਖਣ ਦੀ ਅਸੀਂ ਕੰਮ ਕੀਤਾ ਉਸ ਤਰੀਕੇ ਨਾਲ ਅਸੀਂ ਤੁਹਾਡੀ ਮਦਦ ਵੀ ਕਰ ਸਕਦੇ ਹਾਂ ਸੈਕਿੰਡ ਲੈਟਸ ਸੀ ਇਹਨਾਂ 'ਚ ਕੀ ਹੈਗਾ ਆ ਦੋਸਤੋ ਇਹ ਵਰਕ ਪਰਮਿਟ ਆਇਆ ਇਹਨਾਂ ਦਾ ਸੋ ਅਗਰ ਤੁਹਾਡਾ ਕੈਨੇਡਾ ਦੇ ਵਿੱਚ ਤੁਹਾਡਾ ਸਟੇਟਸ ਜਿਹੜਾ ਆ ਉਹ ਤੁਸੀਂ ਲੀਗਲ ਰੱਖਣਾ ਚਾਹ ਰਹੇ ਹੋ ਤੁਸੀਂ ਹੁਣੇ ਹੁਣੇ ਪੜ੍ਹਾਈ ਖਤਮ ਕੀਤੀ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਤਰੀਕੇ ਨਾਲ ਵਰਕ ਪਰਮਿਟ ਅਪਲਾਈ ਕਰਨਾ ਚਾਹ ਰਹੇ ਹੋ ਜਿਵੇਂ ਕਿ ਆ ਜਿਹੜੇ ਐਪਲੀਕੈਂਟ ਨੇ ਇਹਨਾਂ ਦਾ ਸਪਾਊਸਲ ਓਪਨ ਵਰਕ ਪਰਮਿਟ ਆ ਸੋ ਸਪਾਊਸਲ ਓਪਨ ਪਰਮਿਟ ਵਾਸਤੇ ਅਗਰ ਜਿਹੜਾ ਸਟੂਡੈਂਟ ਆ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ 'ਚ ਆ ਜਾਂਦਾ ਆ ਉਹਨਾਂ ਨੂੰ ਉਹ ਏ ਬੀ ਕੈਟਾਗਰੀ ਜੋਬ ਚਾਹੀਦੀ ਹੁੰਦੀ ਹੈ ਜਿਸ ਤੋਂ ਬਾਅਦ ਚੋਂ ਉਹ ਆਪਣੇ ਸਪਾਊਸ ਲਈ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਨੇ ਸੋ ਅਗਰ ਤੁਹਾਨੂੰ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਮਦਦ ਚਾਹੀਦੀ ਹੋਵੇ ਉਹ ਏ ਬੀ ਜੋਬ 'ਚ ਮਦਦ ਚਾਹੀਦੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਨਾਲ ਤੁਹਾਨੂੰ ਇਮੀਗ੍ਰੇਸ਼ਨ 'ਚ ਹੈਲਪ ਚਾਹੀਦੀ ਹੋਵੇ ਫੀਲ ਫਰੀ ਟੂ ਕੰਟੈਕਟ ਅਸ ਅਸੀਂ ਤੁਹਾਡੀ ਮਦਦ ਜ਼ਰੂਰ ਕਰਾਂਗੇ ਅਨਦਰ ਵਰਕ ਪਰਮਿਟ ਅਪਰੂਵਲ ਸੋ ਇਹੋ ਜਿਹੇ ਰਿਜ਼ਲਟਸ ਲੈਣ ਵਾਸਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਇੱਕ ਐਵਰੀ ਸਟੋਰੀ ਤੋਂ ਬਾਅਦ ਚੋਂ ਮੈਂ ਤੁਹਾਨੂੰ ਇੱਕ ਹੋਰ ਸਟੋਰੀ ਦੱਸਾਂਗਾ ਜਿਹੜੀ ਬਹੁਤ ਇੰਟਰਸਟਿੰਗ ਆ ਤੇ ਕਾਫੀ ਲੋਕਾਂ ਦੀ ਉਸ ਮਦਦ ਵੀ ਹੋ ਸਕਦੀ ਆ ਸੋ ਅਨਦਰ ਵਰਕ ਪਰਮਿਟ ਅਪਰੂਵਲ ਸੋ ਦੋਸਤੋ ਇਹ ਤੁਸੀਂ ਦੇਖਿਆ ਚਾਰ ਅਪਰੂਵਲਸ ਮੈਂ ਤੁਹਾਨੂੰ ਸ਼ੇਅਰ ਕੀਤੀਆਂ ਨੇ ਉਹਨਾਂ ਤੋਂ ਇਲਾਵਾ 5, 6, 7, 8 ਤੇ ਅਨੇਕਾਂ ਹੀ ਹੋਰ ਅਪਰੂਵਲਸ ਇੱਥੇ ਪਈਆਂ ਨੇ ਸੋ ਜਿਹੜੇ ਰਿਜ਼ਲਟਸ ਨੇ ਜਿਹੜੇ ਪੋਜ਼ਿਟਿਵ ਰਿਜ਼ਲਟਸ ਨੇ ਤੁਸੀਂ ਆਪਣੀ ਅੱਖੀ ਦੇਖ ਰਹੇ ਹੈਗੇ ਹੋ ਇਹੋ ਜਿਹੇ ਰਿਜ਼ਲਟਸ ਲੈਣ ਵਾਸਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੈਗੇ ਹੋ ਸਾਡੀ ਵੈਬਸਾਈਟ brampton consultancy.com ਦੇ ਉੱਤੇ ਜਾਓ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਇਹੋ ਜਿਹੇ ਰਿਜ਼ਲਟਸ ਲਵੋ ਜਿਹੜੀ ਇਸ ਤੋਂ ਇਲਾਵਾ ਜ਼ਰੂਰੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਹਾਂ ਕਿ ਸਾਡੇ ਕੋਈ ਕਲਾਇੰਟ ਜਿਨ੍ਹਾਂ ਕੋਲ ਜਿਨ੍ਹਾਂ ਦੇ ਕੋਲੇ LMI ਸੀਗੀ ਟਰੈਕਿੰਗ ਦੀ ਤੇ ਅਨਫੋਰਚੁਨੇਟਲੀ ਉਹ ਕਿਸੇ ਹੋਰ ਕੋਲੋਂ ਪਹਿਲਾਂ ਅਪਲਾਈ ਕਰ ਰਹੇ ਸੀ ਫਿਰ ਸਾਡੇ ਕੋਲੇ ਆਏ ਤੇ ਉਹਨਾਂ ਦਾ ਜਿਹੜੀ ਸਕਸੈਸ ਸਟੋਰੀ ਹੈਗੀ ਆ ਉਹ ਸਕਸੈਸ ਹੋ ਗਈ ਹੈਗੀ ਆ ਵੀ ਆਰ ਵੇਟਿੰਗ ਫੋਰ ਅ ਡਾਕੂਮੈਂਟ ਅਗਲੇ ਹਫਤੇ ਡੇਢ ਹਫਤੇ ਦੇ ਵਿੱਚ ਜਿਵੇਂ ਤੁਹਾਡੇ ਕੋਲ ਡਾਕੂਮੈਂਟ ਆਇਆ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਪਰ ਅਗਰ ਤੁਸੀਂ ਕੈਨੇਡਾ ਦੇ ਵਿੱਚ ਹੋ ਤੇ ਤੁਹਾਡਾ ਅਨਫੋਰਚੁਨੇਟਲੀ ਵਰਕ ਪਰਮਿਟ ਰਿਫਿਊਜ਼ ਹੋ ਚੁੱਕਾ ਆ ਸਾਨੂੰ ਜ਼ਰੂਰ ਕੰਟੈਕਟ ਕਰੋ ਸਾਡੀ ਵੈਬਸਾਈਟ brampton consultancy.com ਦੇ ਉੱਤੇ ਜਾਓ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਸਾਡੀ ਲਾਇਸੈਂਸ ਟੀਮ ਆਫ ਕੰਸਲਟੈਂਟਸ ਨੂੰ ਮਿਲੋ ਇੰਨਾ ਹੀ ਨਹੀਂ ਸਾਡੇ ਕੋਲੇ ਕੁਝ ਇੰਪਲੋਇਰਸ ਨੇ ਜਿਹਨਾਂ ਕੋਲੇ ਅਪਰੂਵਡ LMIs ਪਈਆਂ ਨੇ ਟਰੈਕਿੰਗ ਰਿਗਾਰਡਿੰਗ ਸੋ ਅਗਰ ਤੁਸੀਂ ਗਲਫ ਏਰੀਆ ਦੇ ਵਿੱਚ ਦੁਬਈ ਐਕਸਪੀਰੀਅੰਸ ਹੈਗਾ ਆ ਜਾਂ ਕੈਨੇਡਾ ਦੇ ਵਿੱਚ ਤੁਹਾਡੇ ਕੋਲੇ ਕੈਨੇਡੀਅਨ ਲਾਇਸੈਂਸ ਹੈਗਾ ਟਰੈਕਿੰਗ ਦਾ ਸਾਨੂੰ ਕੰਟੈਕਟ ਕਰੋ ਇੰਪਲੋਇਰ ਤੁਹਾਡਾ ਇੰਟਰਵਿਊ ਕਰਕੇ ਤੁਹਾਡੀ ਮਦਦ ਕਰ ਸਕਦਾ ਆ ਤੁਹਾਨੂੰ LMI ਅਪਰੂਵਲ ਦਵਾ ਕੇ ਤੁਹਾਨੂੰ ਵਰਕ ਪਰਮਿਟ ਮਿਲ ਸਕਦਾ ਆ ਸੋ ਅਗਰ ਤੁਸੀਂ ਇਹੋ ਜਿਹੀ ਕਿਸੇ ਵੀ ਮਦਦ ਲਈ ਤੁਹਾਨੂੰ ਕੋਈ ਹੈਲਪ ਦੀ ਲੋੜ ਹੈਗੀ ਆ ਤਾਂ ਸਾਡੀ ਵੈਬਸਾਈਟ brampton consultancy.com ਤੇ ਜਾਓ ਤੇ ਆਪਣੀ ਅਪਾਇੰਟਮੈਂਟਸ ਬੁੱਕ ਕਰੋ ਸੋ ਦੈਟ ਤੁਹਾਡੀ ਮਦਦ ਹੋ ਸਕੇ ਨਾਟ ਓਨਲੀ ਦੈਟ ਨਿਊ ਬ੍ਰੰਸਵਿਕ ਦੇ ਵਿੱਚ ਅਗਰ ਤੁਸੀਂ ਜੋਬਸ ਲੱਭ ਰਹੇ ਹੋ ਸਾਡੇ ਕੋਲ ਇੰਪਲੋਇਰਸ ਨੇ ਜੋ ਤੁਹਾਡੀ ਮਦਦ ਕਰ ਸਕਦੇ ਨੇ PNPs ਲਈ ਸੋ ਸਾਨੂੰ ਅੱਜ ਹੀ ਸੰਪਰਕ ਕਰੋ ਤੇ ਆਪਣੀ ਅਪਾਇੰਟਮੈਂਟ brampton consultancy.com ਦੇ ਉੱਤੇ ਜਾ ਕੇ ਅਪਾਇੰਟਮੈਂਟ ਬੁੱਕ ਕਰੋ ਸੋ ਦੈਟ ਤੁਹਾਡੀ ਮਦਦ ਹੋ ਸਕੇ ਤੁਹਾਨੂੰ ਵਰਕ ਪਰਮਿਟ ਮਿਲ ਸਕੇ PNPs ਮਿਲ ਸਕਣ PRs ਮਿਲ ਸਕਣ ਜੋ ਵੀ ਤੁਹਾਡੀ ਰਿਕੁਆਇਰਮੈਂਟਸ ਨੇ ਉਹ ਫੁੱਲਫਿਲ ਹੋ ਸਕਣ ਸੋ ਦੋਸਤੋ ਜਿਵੇਂ ਹਰ ਵਾਰੀ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰੋ ਸੋ ਦੈਟ ਕਿ ਤੁਹਾਡਾ ਜਿਹੜਾ ਫਿਊਚਰ ਆ ਉਹ ਸਿਕਿਉਰਡ ਰਹੇ ਤੁਹਾਨੂੰ ਸਹੀ ਡਾਇਰੈਕਸ਼ਨ ਮਿਲ ਸਕੇ ਇਹੋ ਜਿਹੇ ਰਿਜ਼ਲਟਸ ਵਾਸਤੇ ਇਹੋ ਜਿਹੇ ਅਨੇਕਾਂ ਹੀ ਰਿਜ਼ਲਟਸ ਵਾਸਤੇ ਤੁਸੀਂ ਸਾਡੀ ਟੀਮ ਨੂੰ ਕੰਸਲਟ ਕਰ ਸਕਦੇ ਹੋ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡੀ ਵੈਬਸਾਈਟ brampton consultancy.com ਤੇ ਜਾ ਕੇ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ਆਪਣਾ ਅਗਲਾ ਵੀਕਐਂਡ ਇੰਜੋਏ ਕਰੋ